ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮਨਦਰ ਸਾਹਿਬ ਕੰਪਲੈਕਸ ਦੇ ਅੰਦਰ ਬੇਅਤਵੀ ਹੋ ਜਾਂਦੀ ਹੈ ਆਈਪੀ ਦੇ ਵੱਲੋਂ ਪਹਿਲਾਂ ਹੀ ਹਾਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਪੰਜਾਬ ਨੂੰ ਕਿ ਕੁਝ ਮੰਤ ਭਗੀਆਂ ਘਟਨਾਵਾਂ ਹੋ ਸਕਦੀਆਂ ਜੁਲਾਈ ਦੇ ਵਿੱਚ ਦਸੰਬਰ ਦੇ ਵਿੱਚ ਤੁਸੀਂ ਅਵੇਅਰ ਰਹੋ ਹਲੇ ਤੱਕ ਜਿਹੜਾ ਵਿਅਕਤੀ ਟਰੇਸ ਨਹੀਂ ਹੋ ਸਕਿਆ ਦਾ ਸਭ ਤੋਂ ਵੱਡਾ ਅਫਸੋਸ ਹੈ ਕਿ ਇਹ ਘਟਨਾ ਕਾਂਗਰਸ ਦੇ ਰਾਜ ਚ ਹੋ ਗਏ ਅਸੀਂ ਤਾਂ ਚਾਹੁੰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਹੋਵੇ ਔਰ ਲੋਕਾਂ ਨੂੰ ਸਜ਼ਾ ਹੋਵੇ ਸੱਜੇਵਾਲ ਸਾਹਿਬ ਹੋਣ ਚਾਹੇ ਹੋਰ ਕੋਈ ਹੋਵੇ ਹਰ ਬੰਦੇ ਦਾ ਰਾਜਨੀਤੀ ਚੋਣ ਦਾ ਹੱਕ ਆ। ਪੰਜਾਬ ਕਾਂਗਰਸ ਦੇ ਵੱਲੋਂ ਜਾਂ ਤੁਹਾਡੇ ਵੱਲੋਂ ਤੁਹਾਡਾ ਹਲਕਾ ਆ ਕੀ ਕੀ ਪ੍ਰਬੰਧ ਜਿਹੜੇ ਕੀਤੇ ਗਏ ਨੇ ਸਾਖਦਾਂ। ਪ੍ਰੋਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਸ੍ਰੀ ਫਤਿਗੜ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਸਾਡੇ ਨਾਲ ਕੁਲਜੀਤ ਸਿੰਘ ਨਾਗਰਾ ਨੇ। ਨਾਗਰਾ ਸਾਹਿਬ ਸਵਾਗਤ ਹੈ ਪ੍ਰੋਪੰਜਾਬ ਟੀਵੀ। ਬਹੁਤ ਵੈਗੁਦੀਕਾ ਖਾਲਸਾ ਵੈਗਜੀ ਫਤਿਗੜ। ਨਾਗਰਾ ਸਾਹਿਬ ਵੈਸੇ ਤਾਂ ਇੱਥੋਂ ਹੀ ਤੁਸੀਂ ਜਿੱਤੇ ਹੋਏ ਹੋ ਪਰ ਅੱਜ ਗੁਰਦੁਆਰਾ ਸਾਹਿਬ ਆਏ ਹੋ ਸਫਰੇ ਸ਼ਹਾਦਤ ਸ਼ਹੀਦੀ ਦਿਵਸ ਮਨਾਏ ਜਾ ਰਹੇ ਨੇ ਛੋਟੇ ਸਾਹਿਬ ਜਦਿਆਂ ਦੇ ਮਾਤਾ ਗੁਜਰਕੌਰ ਦੇ ਕੀ ਮਹਿਸੂਸ ਹੋ ਰਿਹਾ ਇੱਥੇ ਆ ਕੇ ਸਾਬੇ ਕਮਾਲ ਦਸਮ ਪਿਤਾ ਸਾਬ ਸਿਰਗੁਰ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਦੀ ਤੇ ਮਾਤਾ ਜੀ ਦੀ ਅਦੁੱਤੀ ਸ਼ਹਾਦਤ ਵਾਲੀਏ ਧਰਤੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਜੋੜ ਮੇਲ ਜਿਹੜਾ ਆ ਉਹ ਮ ਮਨਾਇਆ ਜਾਂਦਾ ਹੈ ਸੈਭਜਾਦਿਆਂ ਦੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਔਰ ਕਰੋੜਾਂ ਦੀ ਤਾਦਾਦ ਦੇ ਵਿੱਚ ਪੂਰੀ ਦੁਨੀਆ ਭਰ ਤੋਂ ਲੋਕ ਨਤਮਸਤਕ ਹੋਣ ਆਉਂਦੇ ਨੇ ਮੈਂ ਸਭ ਤੋਂ ਪਹਿਲਾਂ ਉਸ ਪਰਮ ਪਿਤਾ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿ ਐਡੀ ਵੱਡੀ ਪਵਿੱਤਰ ਧਰਤੀ ਦੀ ਸੇਵਾ ਉਹਨਾਂ ਨੇ ਮੇਰੀ ਝੋਲੀ ਚ ਪਾਈ ਹੈ ਔਰ ਇੱਥੋਂ ਦੇ ਸੇਵਾਦਾਰ ਦੇ ਹੋਣ ਦੇ ਨਾਤੇ ਮੈਂ ਸਭ ਤੋਂ ਪਹਿਲਾਂ ਜਗਤ ਭਰ ਤੋਂ ਆਈ ਸੰਗਤ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਆਖਦਾ ਹਾਂ ਜੋ ਇਸ ਧਰਤੀ ਤੇ ਆ ਕੇ ਤੁਸੀਂ ਸਾਰੇ ਪੂਰੀ ਦੁਨੀਆ ਤੋਂ ਆ ਕੇ ਨਤਮਸਤਕ ਹੋ ਰਹੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਸਾਡੇ ਸੰਗਤੀ ਰੂਪ ਦੇ ਵਿੱਚ ਇੱਥੇ ਨਹੀਂ ਪਹੁੰਚ ਚੁੱਕਿਆ ਉਹ ਟੀਵੀ ਦੇ ਮਾਧਿਅਮ ਦੇ ਨਾਲ ਤੁਹਾਡੇ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਉਹ ਆਪਣੇ ਮਾਨਸਿਕ ਤੌਰ ਤੇ ਆਪਣੀ ਬਾਣੀ ਨਾਲ ਜੁੜ ਕੇ ਉਹ ਅੱਜ ਇਸ ਸ਼ਹਾਦਤ ਨੂੰ ਸਜਦਾ ਕਰ ਰਿਹਾ ਜਿੱਥੇ ਵੀ ਬੈਠਾ ਹੈ ਸੋ ਇਹ ਜਿਹੜੀ ਸ਼ਹਾਦਤ ਹੈ ਦੁਨੀਆ ਦੀ ਅਦੁੱਤੀ ਸ਼ਹਾਦਤ ਹੈ 7 ਸਾਲ ਤੇ 9 ਸਾਲ ਦੇ ਬੱਚਿਆਂ ਦੀ ਸ਼ਹਾਦਤ ਹੈ ਮਾਤਾ ਗੁਜਰ ਕੌਰ ਜੀ ਦੇ ਪੂਰੀ ਜ਼ਿੰਦਗੀ ਦਾ ਉਹ ਸਫ਼ਰ ਜਿਸ ਦੇ ਵਿੱਚ ਉਹਨੇ ਆਪਣੇ ਪਤੀ ਦੀ ਸ਼ਹਾਦਤ ਦਿੱਤੀ ਆਪਣੇ ਪੁੱਤ ਨੂੰ ਜੋ ਤਿਆਰ ਕੀਤਾ ਜੋ ਪਰਮਾਤਮਾ ਨੇ ਇੱਕ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਸਾਡੇ ਕੋਲ ਭੇਜਿਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਰ ਪੂਰਾ ਵੰਚ ਮਾਨਵਤਾ ਦੇ ਉੱਤੇ ਕੁਰਬਾਨ ਕਰ ਦਿੱਤਾ ਸਿੱਖੀ ਨੂੰ ਸਮਰਪਿਤ ਕਰ ਦਿੱਤਾ ਔਰ ਜ਼ੁਲਮ ਦੇ ਖਿਲਾਫ ਲੜਾਈ ਦੇ ਵਿੱਚ ਇੱਕ ਇਹੋ ਜਿਹੀ ਐਗਜ਼ੈਂਪਲਰੀ ਇੱਕ ਇਹੋ ਜਿਹਾ ਇਤਿਹਾਸ ਸਿਰਜਿਆ ਜਿਹੜਾ ਦੁਨੀਆਂ 'ਚ ਕਿਤੇ ਨਹੀਂ ਮਿਲਦਾ ਔਰ ਸਾਨੂੰ ਸਾਰਿਆਂ ਨੂੰ ਇੱਕ ਸਨੇਹਾ ਜਿਹੜਾ ਛੋਟੇ ਹੁੰਦੇ ਤੋਂ ਜਦੋਂ ਤੋਂ ਹੋਸ਼ ਸੰਭਾਲੀ ਆ ਸਾਡੇ ਮਾਪਿਓ ਵੀ ਦਿੰਦੇ ਆ ਰਹੇ ਧਰਤੀ ਦਿੰਦੀ ਆ ਰਹੀ ਹੈ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਆ ਜ਼ੁਲਮ ਦੇ ਖਰਾਬ ਡਟਣਾ ਸਭ ਤੋਂ ਵੱਡਾ ਤੁਹਾਡਾ ਕਰਤਵ ਹੈ ਔਰ ਹਮੇਸ਼ਾ ਤੁਸੀਂ ਜਿਹੜੀ ਤੁਹਾਡੀ ਜਾਤੀ ਜ਼ਿੰਦਗੀ ਹੈ ਉਹਦੇ ਵਿੱਚ ਸੱਚਾਈ ਔਰ ਦਿੜੜਤਾ ਜਿਹੜੀ ਹੈ ਉਹ ਰਹਿਣੀ ਚਾਹੀਦੀ ਹੈ ਸੋ ਮੈਂ ਜਿੱਥੇ ਅੱਜ ਸਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਵੀ ਸਜਦਾ ਕਰਦਾ ਹਾਂ ਉੱਥੇ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜਿੱਥੇ ਮਾਨਵਤਾ ਦਾ ਭਲਾ ਕਰ ਉੱਥੇ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੀ ਇਨਸਾਨ ਹੈ ਨਗਰ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਸੰਗਤਾਂ ਆਈਆਂ ਨੇ ਦੂਰੋਂ ਨੇੜੋਂ ਆਈਆਂ ਨੇ ਸੰਗਤਾਂ ਨਤਮਸਤਕ ਹੋਣ ਦੇ ਲਈ ਕਾਫੀ ਜ਼ਿਆਦਾ ਜਿਹੜਾ ਲੱਖਾਂ ਦੀ ਗਿਣਤੀ 'ਚ ਸੰਗਤਾਂ ਆਉਂਦੀਆਂ ਨੇ ਪੰਜਾਬ ਕਾਂਗਰਸ ਦੇ ਵੱਲੋਂ ਜਾਂ ਤੁਹਾਡੇ ਵੱਲੋਂ ਤੁਹਾਡਾ ਹਲਕਾ ਆ ਕੀ ਕੀ ਪ੍ਰਬੰਧ ਜਿਹੜੇ ਕੀਤੇ ਗਏ ਨੇ ਸੰਗਤਾਂ ਦੇ ਲਈ ਮੈਂ ਪੁੱਛਣਾ ਚਾਹੂੰਗਾ ਇਥੇ ਜਿਹੜੀ ਇਸ ਜੋੜ ਮੇਲ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਇੱਕ ਇੱਕ ਦਿਨ ਜਿਵੇਂ ਕੱਲ ਸਾਡੇ ਕੋਲੇ ਜਿਹੜੀ ਰਿਪੋਰਟ ਸੀ 30 ਲੱਖ ਤੋਂ ਵੱਧ ਸੰਗਤ ਜਿਹੜੀ ਸੀਗੀ ਕੱਲ ਨਾ ਤਮਸਤ ਖੋਣ ਆਈ ਆ ਕੱਲ ਦਾ ਦਿਨ ਜਿਹੜਾ ਸੀਗਾ ਪਰਸੋਂ ਦਾ ਦਿਨ ਜਿਹੜਾ ਸੀਗਾ ਅੱਜ ਦਾ ਦਿਨ ਜਿਹੜਾ ਹੈਗਾ ਆ ਉਹ ਸੰਗਤਾਂ ਦਾ ਇਕੱਠ ਹੈ ਤਕਰੀਬਨ 5 ਤੋਂ 7 ਕਿਲੋਮੀਟਰ ਦੇ ਘੇਰੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਜਿਹੜਾ ਹੈਗਾ ਆ ਕੋਈ ਜਗ੍ਹਾ ਤੁਹਾਨੂੰ ਨਹੀਂ ਮਿਲੂਗੀ ਕੋਈ ਸੜਕ ਕੋਈ ਰਸਤਾ ਇਹੋ ਜਿਹਾ ਨਹੀਂ ਮਿਲੂਗਾ ਸਾਰੀਆਂ ਸੜਕਾਂ ਇੰਨਾਂ 5 ਸਾਲਾਂ ਦੇ ਵਿੱਚ ਜਿਹੜੀਆਂ ਗੁਰੂ ਸਾਹਿਬ ਦੇ ਘਰੋਂ ਆਉਂਦੀਆਂ ਸੀਗੀਆਂ ਫੋਰ ਲਾਈਨ ਕਰ ਦਿੱਤੀਆਂ ਗਈਆਂ ਨੇ ਬੱਸੀ ਪਠਾਣਾ ਵਾਲੇ ਪਾਸੇ ਮਰਿੰਡੇ ਵੱਲੋਂ ਆਉਂਦੀ ਸੀ ਉਹ ਜਿੱਥੋਂ ਤੱਕ ਸਾਡੇ ਫਤਿਹਗੜ੍ਹ ਸਾਹਿਬ ਦੀ ਹੱਦ ਹੈ ਉੱਥੋਂ ਤੱਕ ਫੋਰ ਲਾਈਨ ਕਰਤੀ ਹੈ ਜੀਟੀ ਰੋਡ ਤੋਂ ਜਿਹੜੀ ਆਉਂਦੀ ਸੀ ਉਹ ਫੋਰ ਲਾਈਨ ਕਰਤੀ ਹੈ ਜਿਹੜੀ ਚੰਡੀਗੜ੍ਹ ਵਾਲੇ ਪਾਸਿਓਂ ਪੈਰੋਂਪੁਰ ਤੋਂ ਜੋਤੀ ਸੁਖ ਸਾਹਿਬ ਨੂੰ ਆਉਂਦੀ ਫੋਰ ਦੂਜੀਆਂ ਸੜਕਾਂ ਕੋਈ ਜਿਹੜੀ 33 ਫੁੱਟ ਹੋ ਸਕਦੀ थी 33 ਫੁੱਟ ਜਿਹੜੀ 23 ਫੁੱਟ ਹੋ ਸਕਦੀ ਸੀ 23 ਫੁੱਟ ਜਿਹੜੀ 12 ਤੋਂ 9 ਤੋਂ 11 ਤੋਂ 18 ਫੁੱਟ ਹੋ ਸਕਦੀ ਸੀ 18 ਫੁੱਟ ਔਰ ਕਈ ਨਵੇਂ ਰਸਤੇ ਜਿਹੜੀ ਸੰਗਤ ਦੀ ਸਹੂਲਤ ਦੇ ਲਈ ਕਈ ਨਵੇਂ ਰਸਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਸੰਗਤ ਦੀ ਸਹੂਲਤ ਦੇ ਲਈ ਤੁਸੀਂ ਦੇਖ ਰਹੇ ਹੋਵੋਗੇ ਇਸ ਵਾਰੀ ਤੁਸੀਂ ਆਏ ਹੋ ਸਾਰਾ ਕੁਝ ਬਦਲਿਆ ਨਜ਼ਰ ਆਇਆ ਕਿ ਤੇੜੀਆਂ ਸੜਕਾਂ ਨੇ ਉਹਨਾਂ ਦੇ ਆਲੇ ਦੁਆਲੇ ਟੈਲਾਂ ਲਗਾ ਕੇ ਸਾਰਾ ਕੁਝ ਕਰਕੇ ਪੂਰਾ ਉਹ ਜਿਹਾ ਇੱਕ ਇਸ ਸਥਾਨ ਦਾ ਇੱਕ ਜਿਹੜਾ ਮਹੱਤਵ ਹੈ ਉਹਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਕ ਬਹੁਤ ਵੱਡਾ ਜਿਹੜਾ ਸਟੈਚੂ ਹੈ ਉਹ ਲਗਾਇਆ ਗਿਆ ਆ ਔਰ ਉਹਦੇ ਨਾਲ ਨਾਲ ਜਿਹੜਾ ਇਹ ਗੰਦਾ ਨਾਲਾ ਸੀਗਾ ਜਿਹੜਾ ਕਿ ਤਕਰੀਬਨ 100 ਏਕੜ ਦੇ ਵਿੱਚੋਂ ਦੀ ਲੰਘਦਾ ਸੀਗਾ ਇਹਨੂੰ ਚੈਨਲਾਈਜ਼ ਕਰਕੇ ਪੱਕਾ ਕਰਕੇ ਦੇ ਨਾਲ-ਨਾਲ ਦੋਨੇ ਪਾਸੇ ਇੱਕ ਪਾਸੇ ਸੈਰਗਾਹ ਬਣਾਈਏ ਇੱਕ ਪਾਸੇ ਉਸ ਵਿੱਚੋਂ ਦੀ ਸੰਗਤ ਦੇ ਆਉਣ ਦਾ ਜਿਹੜਾ ਪ੍ਰਬੰਧ ਕੀਤਾ ਹੈ ਦੂਜੀ ਸਾਈਡ ਤੋਂ ਵੀ ਕੀਤਾ ਹੈ ਨਵਾਂ ਰਸਤਾ ਇੱਕ ਜਿਹੜਾ ਹੈਗਾ ਆ ਉਸ ਚੋਏ ਦੇ ਨਾਲ-ਨਾਲ ਕੱਢ ਕੇ ਇਸੇ ਤਰ੍ਹਾਂ ਮਡੋਫਲ ਤੋਂ ਇੱਕ ਨਵਾਂ ਰਸਤਾ ਕੱਢਿਆ ਇਸੇ ਤਰ੍ਹਾਂ ਪੈਰੋਂਪੁਰ ਤੋਂ ਬਾਈਪਾਸ ਕੱਢ ਕੇ ਪੂਰਾ ਕਰਕੇ ਔਰ ਇਸੇ ਤਰ੍ਹਾਂ ਰੋਜ਼ਾ ਸ਼ਰੀਫ ਵਾਲੇ ਫਾਟਕ ਤੋਂ ਬਾਈਪਾਸ ਜਿਹੜਾ ਹੈਗਾ ਜਾਂ ਤਿੰਨ ਫਾਟਕ ਲੱਗਦੇ ਸੀ ਕਿ ਉਹਨੇ ਤਿੰਨਾਂ ਫਾਟਕਾਂ ਦੇ ਸਾਈਡ ਤੋਂ ਸੜਕ ਕੱਢ ਕੇ ਇਸੇ ਤਰ੍ਹਾਂ ਡੇਰਾ ਮੀਰ ਮੀਰਾ ਵਾਲੇ ਪਾਸਿਓਂ ਇੱਕ ਨਵੀਂ ਸੜਕ ਦਾ ਕਰਕੇ ਤਲਾਨੀਆਂ ਦੀ ਸੜਕ ਨੂੰ 18 ਫੁੱਟ ਕਰਕੇ ਬਹਾਦਰ ਘੜ ਤੋਂ ਮਹੱਦੀਆਂ ਦਾ ਤੇ ਫਤੇਪੁਰ ਦਾ ਇੱਕ ਲਿੰਕ ਟੁੱਟਿਆ ਹੋਇਆ ਸੀ ਉਹਨੂੰ ਨਵੀਂ ਸੜਕ ਬਣਾ ਕੇ ਸਾਰੇ ਪਾਸੇ ਤੋਂ ਕੋਸ਼ਿਸ਼ ਕੀਤੀ ਹੈ ਕਿ ਸੰਗਤਾਂ ਦਾ ਪ੍ਰਵਾਹ ਆਵੇ ਜਿਵੇਂ ਐਸ ਵਾਰੀ ਤਕਰੀਬਨ ਤਿੰਨ ਤੋਂ ਚਾਰ ਗੁਣਾ ਸੰਗਤ ਆਈ ਹੈ ਅਗਰ ਸਾਹਿਬ ਸੀਟੀਕਰੀ ਬਾਰਡਰ ਦੇ ਉੱਤੇ ਸਿੰਘੂ ਬਾਰਡਰ ਦੇ ਉੱਤੇ ਉਹ ਸਾਰੀਆਂ ਸਾਰੀ ਸੰਗਤ ਜਿਹੜੀ ਹੈਗੀ ਇਹ ਫਤਿਹ ਦਾ ਦਿਵਸ ਮਨਾ ਕੇ ਇੱਥੇ ਹੈ ਔਰ ਮੈਂ ਦੇਖ ਰਿਹਾ ਕਿ ਸੰਗਤਾਂ ਦਾ ਠਾਠਾ ਮਾਰਦਾ ਕਰ ਰਿਹਾ ਡਾਕਟਰ ਅਮਰ ਸਿੰਘ ਜੀ ਵੀ ਸਾਡੇ ਨਾਲ ਨੇ ਡਾਕਟਰ ਸਾਹਿਬ ਇੱਥੇ ਆਏ ਹੋਂ ਨਤਮਸਤਕ ਹੋਣ ਦੇ ਲਈ ਜਾਉਂਗਾ ਕਿ ਵੀਆਈਪੀ ਪਾਸ ਜਿਹੜੇ ਕਿ ਖਾਸ ਤੌਰ ਤੇ ਲੀਡਰਾਂ ਤੇ ਅਫਸਰਾਂ ਦੇ ਲਈ ਹੁੰਦੇ ਸੀ ਉਹ ਟੋਟਲ ਬੰਦ ਕਰ ਦਿੱਤੇ ਗਏ ਨੇ ਟੋਟਲ ਨੋ ਵਹੀਕਲ ਜਾਨ ਦੇ ਤੌਰ ਤੇ ਉੱਤੇ ਸਾਰੀ ਸੰਗਤ ਇੱਕੋ ਹੀ ਰੂਪ ਦੇ ਵਿੱਚ ਇੱਥੇ ਆਉਗੀ ਡਾਕਟਰ ਸਾਹਿਬ ਜੀ ਆਜਾਏ ਹੋ ਇੱਥੇ ਤੇ ਕਿਵੇਂ ਲੱਗ ਰਿਹਾ ਕੀ ਮਹਿਸੂਸ ਕਰ ਰਹੇ ਹੋ ਬੇਸ਼ੱਕ ਨੁਮਾਇੰਦੇ ਹੋਂ ਇਥੋਂ ਦੇ ਇਹਨਾਂ ਲੋਕਾਂ ਦੇ ਨੁਮਾਇੰਦੇ ਹੋਂ ਪਰ ਜਿਹੜਾ ਅੱਜ ਆਇਓ ਸ਼ਹੀਦੀ ਜੋੜ ਮੇਲ ਦੇ ਉੱਤੇ ਉਹ ਕੀ ਦਰਦ ਹੈ ਦਿਲ ਦੇ ਵਿੱਚ ਮਹਿਸੂਸ ਕਰਦੀ ਹੋਂ ਤੁਸੀਂ ਅਗਰ ਯਾਦ ਹੋਵੇ ਤੁਹਾਨੂੰ ਮੈਂ ਪਾਰਲੀਮੈਂਟ ਜਿਹੜੀ ਪਹਿਲੀ ਵਾਰੀ ਜ਼ੁਬਾਨ ਖੋਲੀ ਸੀ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਖੋਲੀ ਸੀ ਔਰ ਮੈਂ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਏਡੀ ਵੱਡੀ ਸ਼ਹੀਦੀ ਦੁਨੀਆ ਚ ਕਿਤੇ ਨਹੀਂ ਹੋਈ 7 ਔਰ 9 ਸਾਲ ਦੇ ਸਾਡੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਹੀ ਜਿਉਂਦਿਆਂ ਨੂੰ ਚਿੰਡ ਦਿੱਤਾ ਗਿਆ ਹੀ ਤੇ ਇਹ ਇਹਨੂੰ ਜਿਹੜਾ ਫਤਗੜ ਸਾਹਿਬ ਆ ਸਰਹੰਦ ਆ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਲਿਜਾਣਾ ਚਾਹੀਦਾ ਇਹ ਇਹਨੂੰ ਟੂਰਿਸਟ ਸਰਕਿਟ ਚ ਪਾਓ ਇੱਥੇ ਸੈਂਕੜੇ ਕਰੋੜ ਦੇ ਕੇ ਇਹਦੀਆਂ ਫੈਸਿਲਿਟੀਆਂ ਇੰਟਰਨੈਸ਼ਨਲ ਲੈਵਲ ਤੇ ਕਰੋ ਇਹ ਮੈਂ ਕਿਹਾ ਸੀ ਔਰ ਅੱਜ ਤਾਂ ਸਜਦਾ ਹੋਣ ਆਏ ਆ ਮੱਥਾ ਟੇਕਣ ਆਏ ਆ ਤੁਹਾਨੂੰ ਪਤਾ ਲੱਖਾਂ ਲੋਕ ਕਈ ਦਿਨਾਂ ਤੋਂ ਇੱਥੇ ਆ ਕੇ ਮੱਥਾ ਟੇਕਦੇ ਅਸੀਂ ਵੀ ਕੱਲ ਮੱਥਾ ਟੇਕਿਆ ਅੱਜ ਇੱਥੇ ਆਏ ਆਂ ਔਰ ਦੇਖੋ ਲੋਕਾਂ ਚ ਜਿਹੜਾ ਉਤਸ਼ਾਹ ਆ ਉਹ ਕਿੰਨਾ ਹੈਗਾ ਕਿਉਂਕਿ ਏਡੀ ਵੱਡੀ ਘਟਨਾ ਲਈ ਇਹ ਲੋਕ ਅਫਸੋਸ ਕਰਨ ਇੱਥੇ ਆਉਂਦੇ ਆ ਇਹ ਦੁੱਖ ਨਾਲ ਆਉਂਦੇ ਆ ਇਹ ਕੋਈ ਮੇਲਾ ਨਹੀਂ ਹੈਗਾ ਇਹ ਤੇ ਅਫਸੋਸ ਕਰਨ ਵਾਲਾ ਤੇ ਅਸੀਂ ਸਾਰੇ ਅੱਜ ਮਤਲਬ ਇਸ ਸ਼ਹੀਦੀ ਤੇ ਅਫਸੋਸ ਕਰਨ ਆਏ ਆ ਔਰ ਦੇਖੋ ਗੁੜੀਆਂ ਤੇ ਅਫਸੋਸ ਤਾਂ ਨਹੀਂ ਕੀਤੇ ਜਾਂਦੇ ਸ਼ਹਾਦਤਾਂ ਦੇ ਉੱਤੇ ਤਾਂ ਮਾਣ ਹੁੰਦਾ ਨਾ ਉਹ ਮਾਣ ਸਿੱਖ ਸਿੱਖ ਹੋਣ ਦੇ ਨਾਤੇ ਮਾਣ ਆ ਔਰ ਦਰਦ ਵੀ ਹੈ ਦਰਦ ਹੈ ਕਿ ਐਡੀ ਵੱਡੀ ਕਟਰਾ ਹੋ ਗਈ ਔਰ ਉਹਨਾਂ ਦੀ ਇਹ ਸ਼ਹੀਦੀ ਕਰਕੇ ਹੀ ਤਾਂ ਅੱਜ ਅਸੀਂ ਸਿੱਖ ਹੈਗੇ ਆ ਸਾਰਾ ਸਿੱਖ ਧਰਮ ਉਹਨਾਂ ਨੇ ਹੀ ਬਚਾਇਆ ਦਸਮ ਪਾਤਸ਼ਾਹ ਨੇ ਬਤਾਇਆ ਸਰਬੰਸ ਵਾਰਤਾ ਛੋਟੇ ਸਾਹਿਬ ਜਦਿਆਂ ਨੇ ਵੱਡੇ ਸਾਹਿਬ ਜਦਿਆਂ ਨੇ ਸਾਰਾ ਕੁਝ ਤੇ ਇੱਥੇ ਹੋਇਆ ਐਸੀ ਧਰਤੀ ਚਾਸਪਾਸ ਹੋਇਆ ਤੇ ਬਸ ਨਤਮਸਗ ਹੋਣ ਆਏ ਆ ਜੀ ਅੱਜ ਤਾਂ ਡਾਕਟਰ ਸਾਹਿਬ ਪੰਜਾਬ ਦੀਆਂ ਵਿਰੋਧੀ ਧਿਰਾਂ ਇਹ ਵੀ ਸਵਾਲ ਕਰ ਰਹੀਆਂ ਨੇ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਬੇਅਦਬੀ ਹੋ ਜਾਂਦੀ ਹੈ ਆਈਪੀ ਦੇ ਵੱਲੋਂ ਪਹਿਲਾਂ ਹੀ ਹਾਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਪੰਜਾਬ ਨੂੰ ਕਿ ਕੁਝ ਮੰਦਪਾਂ ਗਿਆ ਕਟਨਾਵਾਂ ਹੋ ਸਕਦੀਆਂ ਜੁਲਾਈ ਦੇ ਵਿੱਚ ਦਸੰਬਰ ਦੇ ਵਿੱਚ ਤੁਸੀਂ ਅਵੇਅਰ ਰਹੋ ਹਲੇ ਤੱਕ ਜਿਹੜਾ ਵਿਅਕਤੀ ਟ੍ਰੇਸ ਨਹੀਂ ਹੋ ਸਕੇ ਉਹਦੇ ਬਾਰੇ ਮੈਂ ਚਾਹੂੰਗਾ ਕੁਝ ਨਹੀਂ ਦੇਖੋ ਉਹ ਉਹ ਬਹੁਤ ਹੀ ਮੰਦਪਾਕੀ ਆ ਦੇਖੋ ਹਰਮੰਦਰ ਸਾਹਿਬ ਤੇ ਸਾਡਾ ਸਭ ਤੋਂ ਸਭ ਤੋਂ ਸਾਡਾ ਪਵਿੱਤਰ ਸਥਾਨ ਆਪਾਂ ਮੰਨਦੇ ਆ ਤੇ ਉਹ ਤਾਂ ਬਹੁਤ ਹੀ ਮੰਦਪਾਕੀ ਮਾਕੀ ਕਟਨਾ ਹੋਗੀ ਆ ਸਾਨੂੰ ਸਾਰਿਆਂ ਨੂੰ ਸ਼ਰਮ ਵੀ ਆਫਸੋਸ ਵੀ ਆ ਉਹਦੇ ਤੇ ਪਰ ਉਹ ਬੰਦਾ ਜਿਸ ਤੋਂ ਪੁੱਛਤਾ ਸ਼ੁਣੀ ਸੀ ਉਹ ਮੇਰੇ ਖਿਆਲ ਸੰਕਤਾ ਚ ਰੋ ਇੰਨਾ ਜ਼ਿਆਦਾ ਸੀ ਭਈ ਉਹ ਨੂੰ ਉਹ ਉਸੇ ਵੇਲੇ ਤੁਹਾਨੂੰ ਪਤਾ ਹੀ ਆ ਉਹ ਉੱਥੇ ਹੀ ਤੇ ਉਹਦੇ ਤੋਂ ਕੋਈ ਬਹੁਤਾ ਪਤਾ ਤਾਂ ਲੱਗ ਨਹੀਂ ਜਾਣਾ ਜਿਹੜੇ ਵਿਅਕਤੀ ਹੋਮ ਮਿਨਿਸਟਰ ਰੰਧਾਵਾਵਰਾਂ ਨਾਲ ਵੀ ਮੈਂ ਗੱਲ ਕਰ ਰਿਹਾ ਸੀ ਉਹ ਵੀ ਇਹੀ ਕਹਿ ਰਹੇ ਸੀ ਪਰ ਜਿਹੜੇ ਵਿਅਕਤੀ ਗ੍ਰਿਫਤਾਰ ਹੁੰਦੇ ਨੇ ਕਿਸ ਗੱੜ ਸਾਹਿਬ ਇੱਕ ਵਿਅਕਤੀ ਗ੍ਰਿਫਤਾਰ ਹੁੰਦਾ ਵੀ ਅਦਵੀ ਕਰਦਾ ਬੀੜੀ ਸਿੱਟੀ ਜਾਂਦੀ ਉਸ ਦੇ ਵੱਲੋਂ ਇੱਕ ਤਮਾਕੂ ਛੁੱਟਿਆ ਜਾਂਦਾ ਸਿੰਘਾਂ ਦੇ ਵੱਲ ਉਹ ਉਹਦੇ ਤੋਂ ਪੁੱਛ ਕੇ ਚੁੰਦੀ ਆ ਪਰ ਪੁੱਛ ਕੇ ਚ ਤੇ ਵਿੱਚ ਵੀ ਕਹਿ ਦਿੱਤਾ ਜਾਂਦਾ ਕਿ ਵਿਅਕਤੀ ਜਿਹੜਾ ਆ ਮੈਂਟਲ ਆ ਠੀਕ ਨਹੀਂਗਾ ਮੈਂਟਲੀ ਅਫਸੈਟ ਆ ਦੇਖੋ ਇਹ ਚਣ ਦਾ ਮਾਹੌਲ ਆ ਰਿਹਾ ਔਰ ਕੁਝ ਤਾਕਤਾਂ ਤਹਿਗੇ ਦੇਖੋ ਪਾਕਿਸਤਾਨ ਤਾਂ ਕਰਦਾ ਹੀ ਕਰਦਾ ਅਕਾਲੀ ਦਲ ਅਕਾਲੀ ਦਲ ਨੇ ਇੱਕ ਪੀਸੀ ਕੀਤੀ ਸੀ ਤੁਹਾਡੇ ਯਾਦੂ ਪ੍ਰਕਾਸ਼ ਸਿੰਘ ਬਾਦਲ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੀਗੇ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਸੰਬੋਧਨ ਕੀਤੀ ਸੁਖੀਲ ਸਿੰਘ ਬਾਦਲ ਕਹਿੰਦੇ ਸਾਨੂੰ ਸ਼ੰਕਾ ਹੈ ਇਸ ਦੇ ਪਿੱਛੇ ਕਾਂਗਰਸ ਹੋ ਸਕਦੀ ਹੈ ਨਹੀਂ ਕਾਂਗਰਸ ਕਿਵੇਂ ਕਰੂਗੀ ਕਾਂਗਰਸੀ ਤਾਂ ਸਰਕਾਰ ਹੈ ਸਾਡੇ ਲਈ ਤਾਂ ਇਹ ਸਭ ਤੋਂ ਵੱਡਾ ਚੈਲੰਜ ਬਣਿਆ ਹੋਇਆ ਔਰ ਸਾਡਾ ਸਭ ਤੋਂ ਵੱਡਾ ਅਫਸੋਸ ਹੈ ਕਿ ਇਹ ਘਟਨਾ ਕਾਂਗਰਸ ਦੇ ਰਾਜ ਚ ਹੋ ਗਈ ਅਸੀਂ ਤਾਂ ਚਾਹੁੰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਹੋਵੇ ਔਰ ਲੋਕਾਂ ਨੂੰ ਸਜ਼ਾ ਹੋਵੇ ਅਸੀਂ ਕਿਵੇਂ ਉਹਦਾ ਭਾਗੀਦਾਰੀ ਹੋ ਸਕਦੇ ਹਾਂ ਕੋਈ ਵੀ ਸਰਕਾਰ ਭਾਗੀਦਾਰੀ ਉਹਦੀ ਨਹੀਂ ਹੁੰਦੀ ਔਰ ਸਾਡੀ ਸਰਕਾਰ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਜਿਹੜੀ ਕੋਈ ਵੀ ਸਰਕਾਰ ਤੁਸ ਕਿਹਾ ਨਹੀਂ ਹੁੰਦੀ ਭਾਗੀਦਾਰ 2015 ਚ ਬੇਅਦਵੀ ਹੁੰਦੀ ਆ ਗੋਲੀकांड ਹੁੰਦਾ ਆ ਪਰ ਉਹਨਾਂ ਨੂੰ ਲੈ ਕੇ ਕਿਉਂ ਵਾਰ-ਵਾਰ ਟਾਰਗੇਟ ਕੀਤਾ ਜਾਂਦਾ ਜਿਸ ਤਰੀਕੇ ਨਾਲ ਵਾਰ-ਵਾਰ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਬਾਦਲ ਅੰਦਰ ਕਰਦੇ ਆਂਗੇ ਉਹ ਇਸ ਕਰਕੇ ਕਹਿੰਦੇ ਆ ਕਿਉਂਕਿ ਜਿਹੜੇ ਜਿਹੜੇ ਦੇਖੋ ਹੁਣ ਹੁਣ ਲੋਕਾਂ ਦੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਤੁਹਾਨੂੰ ਸਾਰਾ ਪਤਾ ਹੁਣ ਇਹ ਸਰਕਾਰ ਉੱਥੋਂ ਤੱਕ ਕਿਉਂ ਪਹੁੰਚ ਗਈ ਆ ਪੁਛਤਾਚ ਕਿਉਂ ਹੋ ਰਹੀ ਆ ਇਹਨਾਂ ਨੇ ਕਿਉਂ ਨਹੀਂ ਕੀਤਾ ਇਹਨਾਂ ਨੇ ਤੇ ਐਫਆਈਆ ਸਾਰੇ ਖੁਰਦ-ਬੁਰਦ ਕਰਤੇ ਸੀ ਪੁਲਿਸ ਨੂੰ ਕਿਹਾ ਕਿ ਕੋਈ ਬਲਕੇ ਉਹ ਜਿਹੜੀ ਐਸਆਈਟੀ ਬਣੀ ਸੀ ਉਹਨੇ ਸਾਰੇ ਆਹੀ ਬੰਦੇ ਲੱਭ ਲਏ ਸੀ ਇਹਨਾਂ ਨੇ ਕਿਹਾ ਕਿ ਨਹੀਂ ਸਾਰਾ ਕੁਝ ਮੈਂ ਆਪਣੇ ਮੂੰਹੋਂ ਗੱਲਾਂ ਨਹੀਂ ਕਹਿਣੀਆਂ ਚਾਹੁੰਦਾ ਤੇ ਇਹਨਾਂ ਨੇ ਉਦੋਂ ਸਾਰਾ ਕੁਝ ਉਹ ਖੁਰਦਬੋਦ ਕੀਤਾ ਇਸ ਕਰਕੇ ਲੋਕ ਕਹਿੰਦੇ ਆ ਔਰ ਸਾਡੀ ਸਰਕਾਰ ਕੋਈ ਖੁਰਦਬੋਦ ਨਹੀਂ ਕਰੇਗੀ ਡਾਕਟਰ ਸਾਹਿਬ ਆਖਰੀ ਸਵਾਲ ਆ ਮੇਰਾ ਜਿਸ ਤਰੀਕੇ ਨਾਲ ਬ੍ਰਿੰਦਰ ਢਿੱਲੋਂ ਹੋਰਾਂ ਨੇ ਵੱਡੇ ਸਵਾਲ ਚੁੱਕੇ ਨੇ ਜਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਨੇ ਪਾਰਟੀ ਬਣਾਈ ਆ ਸੰਯੁਕਤ ਸਮਾਜ ਮੋਰਚਾ ਨਾਦੀ ਪਾਰਟੀ ਬਣੀ ਆ ਬਲਬੀਰ ਸਿੰਘ ਰਾਜੇਵਾਲ ਹੁਰੀ ਅਗਵਾਈ ਕਰ ਰਹੇ ਉਸ ਪਾਰਟੀ ਦੀ ਕਹਿ ਰਹੇ ਨੇ ਕਿ ਕੇਜੀ ਵਾਲਾ ਨੂੰ ਕਿਸਾਨਾਂ ਦੀ ਸ਼ਹਾਦਤ ਜਿਹੜੀ ਆ ਉਹ ਵੇਚ ਦਿੱਤੀ ਆ ਕਿਸਾਨਾਂ ਨੇ ਕਿਸਾਨ ਆਗੂਆਂ ਨੇ ਕੀ ਕਹੋਗੇ ਦੇਖੋ ਮੈਂ ਤੇ ਦੇਖੋ ਕਿਸੇ ਵੀ ਆਦਮੀ ਦਾ ਹੱਕ ਹੁੰਦਾ ਰਾਜਨੀਤੀ ਚ ਆਉਣ ਦਾ ਤੇ ਉਹ ਚਾਹੇ ਰਾਜੇਵਾਲ ਸਾਹਿਬ ਹੋਣ ਚਾਹੇ ਹੋਰ ਕੋਈ ਹੋਵੇ ਹਰ ਬੰਦੇ ਦਾ ਰਾਜਨੀਤੀ ਚ ਆਉਣ ਦਾ ਹੱਕ ਆ ਤੇ ਆਪਾਂ ਉਹਨਾਂ ਦੇ ਹੱਕ ਤੇ ਤਾਂ ਸਵਾਲ ਨਹੀਂ ਕਰ ਸਕਦੇ ਹੈਗੇ ਉਹਨਾਂ ਦਾ ਹੱਕ ਹੈ ਉਹ ਹੋਣ ਪਰ ਸਿਰਫ ਇੱਕੋ ਚੀਜ਼ ਜਿਹੜੀ ਥੋੜੀ ਜੀ ਆ ਆਡ ਲੱਗ ਰਹੀ ਆ ਕਿ ਸਾਰੇ ਲੋਕਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਉੱਥੇ ਮੰਚ ਤੇ ਬੜਨ ਨਹੀਂ ਦਿੱਤਾ ਹੁਣ ਕੱਲ ਨੂੰ ਅਗਰ ਇਹੋ ਜੀ ਸਿਚੁਏਸ਼ਨ ਹੁੰਦੀ ਆ ਕਿ ਦੁਬਾਰਾ ਮੰਚ ਲਾਉਣਾ ਪਿਆ ਆਪਾਂ ਨੂੰ ਮੋਰਚਾ ਲਾਉਣਾ ਪਿਆ ਐਮਐਸਪੀ ਨੂੰ ਲੈ ਕੇ ਜਾਂ ਕਿਸੇ ਹੋਰ ਗੱਲ ਨੂੰ ਤੇ ਇਹ ਜਿਹੜੇ ਜਿੰਨੇ ਹੁਣ ਪੋਲਿਟਿਕਸ ਕਰ ਰਹੇ ਆ ਇਹ ਫਿਰ ਕੀ ਕਰਨਗੇ ਇਹਨਾਂ ਨੇ ਮੈਨੂੰ ਲੱਗਦਾ ਹੈਗਾ ਕਿ ਇਹਨਾਂ ਨੂੰ ਮਤਲਬ ਉਹਨਾਂ ਦਾ ਆਪਣਾ ਫੈਸਲਾ ਹੈਗਾ ਕੋਸ਼ਿਸ਼ ਕਰਨੀ ਚਾਹੀਦੀ ਹੈ ਰਾਜਨੀਤੀ 'ਚ ਕੋਈ ਬੁਰੀ ਗੱਲ ਨਹੀਂ ਹੁੰਦੀ ਹੈਗੀ ਲੇਕਿਨ ਕਿਉਂਕਿ ਜਿਹੜਾ ਅੱਜ ਤੱਕ ਸਟੈਂਡ ਸੀ ਜੇ ਇਹਨਾਂ ਨੇ ਆਪ ਰਾਜਨੀਤੀ ਕਰਨੀ ਹੈ ਤੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਪਾਰਟਿਸਿਪੇਟ ਕਰਨ ਦਿੰਦੇ ਬੰਦੇ ਤਾਂ ਸਾਡੇ ਜਾਂਦੇ ਸੀ ਪਰ ਸਾਨੂੰ ਨਹੀਂ ਤੇ ਵੰਡ ਦਿੰਦੇ ਉਹੀ ਹੈ ਪਰ ਉਹਨਾਂ ਦੀ ਮਰਜ਼ੀ ਆ ਸਵਾਗਤ ਹੈ ਮੈਨੂੰ ਤੇ ਲੱਗਦਾ ਚੰਗੀ ਗੱਲ ਆ ਜਿੰਨੇ ਜ਼ਿਆਦਾ ਰਾਜਨੀਤਿਕ ਪਾਰਟੀਆਂ ਹੋਣਗੇ ਜਿੰਨੇ ਜ਼ਿਆਦਾ ਰਾਜਨੀਤਿਕ ਔਰ ਲੋਕਾਂ ਨੇ ਟੈਸਟ ਕਰਨਾ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ ਆਖਿਰਕਾਰ ਤਾਂ ਲੋਕ ਜੱਜ ਨੇ ਤੇ ਦੇਖਦੇ ਆ ਲੋਕ ਕੀ ਜੱਜਮੈਂਟ ਕਰਦੇ ਆ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਥੈਂਕ ਯੂ ਥੈਂਕ ਯੂ ਤੇ ਅਸੀਂ ਕੀ ਐਮਪੀ ਡਾਕਟਰ ਅਮਰ ਸਿੰਘ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਹਮਲੇ ਜਿਹੜੇ ਕੀਤੇ ਜਾ ਰਹੇ ਆ ਕਿਤੇ ਨਾ ਕਿਤੇ ਇਹ ਵਿਰੋਧੀ ਤਾਕਤਾਂ ਹੋ ਸਕਦੀਆਂ ਨੇ ਜੋ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਹੋਈ ਐ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਸਾਡੀ ਸਰਕਾਰ ਦੇ ਵਿੱਚ ਅਜਿਹੀ ਘਟਨਾ ਵਾਪਰੀ ਐ ਪਰ ਅਸੀਂ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਬੇਅਦਬੀ ਦੇ ਦੋਸ਼ੀਆਂ ਨੂੰ ਵੀ ਜਿਹੜਾ ਆ ਜਲਦੀ ਤੋਂ ਜਲਦੀ ਅਸੀਂ ਸਜ਼ਾਵਾਂ ਦਿਵਾਵਾਂਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੇਸ਼ੱਕ ਸਰਕਾਰ ਦਾ ਕਾਰਜਕਾਲ ਬਹੁਤ ਥੋੜਾ ਰਹਿ ਗਿਆ ਪੰਜਾਬ ਸਰਕਾਰ ਦਾ ਪਰ ਫਿਰ ਵੀ ਕਹਿ ਰਹੇ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹ ਵੀ ਫੜੇ ਜਾਣ ਜਿਹੜੇ ਦਰਬਾਰ ਸਾਹਿਬ ਦੇ ਜਿਸ ਵਿਅਕਤੀ ਨੇ ਬੇਅਦਬੀ ਕੀਤੀ ਸੀ ਜਾਂ ਕੌਣ ਐਸ ਦੇ ਪਿੱਛੇ ਉਹ ਜਲਦੀ ਹੀ ਕਹਿੰਦੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਹੀ ਸਾਰੇ ਦੇ ਸਾਰੇ ਜਿਹੜੇ ਆ ਜੇਲ੍ਹਾਂ ਦੇ ਅੰਦਰ ਹੋਣਗੇ ਕੈਮਰਾਮੈਨ ਗੁਰਸ਼ਰਨ ਦੇ ਨਾਲ ਮੈਂ ਸਿਮਰਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਸ੍ਰੀਪਤੇਗੜ ਸਾਹਿਬ